ਜਦੋਂ ਮੈਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤਾਂ ਉਸ ਸਮੇਂ ਜ਼ਹਿਨ ਵਿੱਚ ਇਹ ਸੀ ਕਿ ਇਹ ਜੋ ਸੇਵਾਵਾਂ ਨੇ ਗੁਰੂ ਸਾਹਿਬ ਮੇਰੇ ਕੋਲ ਲੈਣਗੇ। ਜਦੋਂ ਅਸੀਂ ਗੁਰਬਾਣੀ ਦੇ ਨਾਲ ਨਾਲ ਅੱਖਰਕਾਰੀ ਕੀਤੀ ਹੋਏਗੀ, ਜਿਹੜੇ ਉਹਦੇ ਵਿੱਚ ਲਿਖੇ ਹੋਏ ਸ਼ਬਦ ਨੇ ਉਹਨਾਂ ਨੂੰ ਇੱਕ ਇੰਨਾ ਕੁ ਵਧੀਆ ਤਰੀਕੇ ਨਾਲ ਪ੍ਰਜੈਂਟ ਕੀਤਾ ਹੋਏਗਾ ਕਿ ਕਿਸੇ ਦੇ ਮਨ ਨੂੰ ਮੋਹ ਲਏਗੀ। ਮੈਂ ਜਦੋਂ ਵੀ ਸਮਾਂ ਲੱਗਣਾ ਤਾਂ ਮੇਰਾ ਇਹੀ ਇੱਕ ਮੰਤਵ ਹੁੰਦਾ ਸੀ ਕਿ ਇਸ ਲਈ ਵੱਧ ਤੋਂ ਵੱਧ ਨਿਖਾਰ ਲਿਆਉਣ ਲਈ ਅਲੱਗ ਅਲੱਗ ਕਲਮਾਂ ਨੂੰ ਵਰਤਿਆ ਜਾਏ, ਅਲੱਗ ਅਲੱਗ ਸਿਆਹੀਆਂ ਨੂੰ ਵਰਤਿਆ ਜਾਏ, ਤਾਂ ਜੋ ਕੀ ਹੈ ਕਿ ਇਸ ਦੇ ਅੰਦਰ ਬਹੁਤ ਸਾਰੀ ਖੂਬਸੂਰਤੀ ਆ ਤੁਹਾਡੇ ਮਨ ਦੇ ਵਿੱਚੋਂ, ਤੁਹਾਡੇ ਹੱਥਾਂ ਦੇ ਵਿੱਚੋਂ ਉਹ ਬਾਖੂਬੀ ਜਿਹੜੇ ਉਹ ਅੱਖਰ ਜਿਹੜੇ ਨੇ ਉਹ ਨਿਕਲ ਕੇ ਆ ਰਹੇ ਹੁੰਦੇ ਨੇ ਔਰ ਇੱਕ ਦਿਲ ਨੂੰ, ਇੱਕ ਮਨ ਨੂੰ ਬਹੁਤ ਸਕੂਨ ਮਿਲਦਾ ਔਰ ਖੁਸ਼ਹਾਲੀ ਮਿਲਦੀ ਆ। ਔਰ ਵੱਡੀ ਗੱਲ, ਜਦੋਂ ਨਾਲ ਗੁਰਬਾਣੀ ਲਿਖ ਰਹੇ ਹੋਈਏ ਅਤੇ ਹੱਥ ਲਿਖਣ ਦੇ ਨਾਲ ਲਿਖ ਰਹੀ ਹੋਏ, ਫਿਰ ਉਹ ਸਾਰੀ ਚੀਜ਼ ਜਿਹੜੀ ਆ ਸੋਨੇ ਤੋਂ ਸੁਹਾਗਾ ਬਣ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗਗਨਦੀਪ ਸਿੰਘ ਹੈ, ਮੈਂ ਪੇਸ਼ੇ ਵਜੋਂ ਕੰਪਿਊਟਰ ਅਧਿਆਪਕ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾ ਰਿਹਾ। ਜੇਕਰ ਮੈਂ ਗੱਲ ਕਰਾਂ ਇਸ ਹੁਨਰ ਦੀ, ਇਸ ਆਰਟ ਦੀ, ਤਾਂ ਇਹ ਆਰਟ ਦੀ ਅਗਰ ਮੈਂ ਗੱਲ ਕਰਾਂ ਤਾਂ 20 ਜੂਨ 2021 ਨੂੰ ਜਦੋਂ ਮੈਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤਾਂ ਉਸ ਸਮੇਂ ਜ਼ਹਿਨ ਵਿੱਚ ਵੀ ਨਹੀਂ ਸੀ ਕਿ ਇਹ ਜੋ ਸੇਵਾਵਾਂ ਨੇ ਗੁਰੂ ਸਾਹਿਬ ਮੇਰੇ ਕੋਲ ਲੈਣਗੇ। ਪਰ ਜੋ ਉੱਥੇ ਗੁਰੂ ਸਾਹਿਬ ਦੇ ਦਰ ਦੇ ਉੱਤੇ ਸਵੇਰੇ ਹੁਕਮਨਾਮਾ ਸਾਹਿਬ ਲਿਖਣ ਦਾ ਇੱਕ ਦਿਨ ਆਗਾਜ਼ ਹੋਇਆ ਤਾਂ ਸੇਵਾਵਾਂ ਨਿਭਾਉਂਦੇ ਨਿਭਾਉਂਦੇ ਇਹ ਜ਼ਰੂਰ ਮਨ 'ਚ, ਜ਼ਹਿਨ ਵਿੱਚ ਆਇਆ ਕਿ ਜੋ ਮੈਂ ਸੇਵਾਵਾਂ ਨਿਭਾ ਰਿਹਾ ਹਾਂ, ਅਗਰ ਮੈਂ ਇਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਨਾਲ ਇਹਨੂੰ ਮਿਲਾਵਾਂ ਤਾਂ ਮੇਰੀ ਲਿਖਾਈ ਕਿਤੇ ਵੀ ਨਹੀਂ ਖੜਦੀ, ਕਿਉਂਕਿ ਇੰਨੀ ਖੂਬਸੂਰਤ ਲਿਖਾਈ ਨਹੀਂ ਸੀ, ਅੱਖਰਕਾਰੀ ਸੋਹਣੀ ਨਹੀਂ ਸੀ। ਪਰ ਅੱਖਰਕਾਰੀ ਨੂੰ ਸੋਹਣਾ ਜ਼ਰੂਰ ਬਣਾਉਣਾ ਸੀ, ਕਿਉਂਕਿ ਉਹ ਹੁਣ ਜ਼ਹਿਨ ਵਿੱਚ ਆ ਚੁੱਕਾ ਸੀ ਕਿ ਉੱਥੋਂ ਦੀ ਲਿਖੇ ਹੋਏ ਹੁਕਮਨਾਮਾ ਸਾਹਿਬ ਦੇ ਨਾਲ ਮੈਂ ਇਸ ਨੂੰ ਜ਼ਰੂਰ ਮਿਲਾਵਾਂ। ਤਾਂ ਗੱਲ ਆਉਂਦੀ ਸੀ ਅਭਿਆਸ ਦੇ ਉੱਤੇ, ਅਭਿਆਸ ਮੈਂ ਜਿੰਨਾ ਕਰਦਾ ਗਿਆ ਕਿਉਂਕਿ ਰਾਹੇ ਵਗਾਏ ਜਦੋਂ ਵੀ ਸਮਾਂ ਲੱਗਣਾ ਤਾਂ ਮੇਰਾ ਇਹੀ ਇੱਕ ਮੰਤਵ ਹੁੰਦਾ ਸੀ ਕਿ ਇਸ ਦੀ ਵੱਧ ਤੋਂ ਵੱਧ ਨਿਖਾਰ ਲਿਆਉਣ ਲਈ ਅਲੱਗ ਅਲੱਗ ਕਲਮਾਂ ਨੂੰ ਵਰਤਿਆ ਜਾਏ, ਅਲੱਗ ਅਲੱਗ ਸਿਆਹੀਆਂ ਨੂੰ ਵਰਤਿਆ ਜਾਏ, ਤਾਂ ਜੋ ਕੀ ਹੈ ਕਿ ਇਸ ਦੇ ਅੰਦਰ ਬਹੁਤ ਸਾਰੀ ਖੂਬਸੂਰਤੀ ਆ ਸਕੇ। ਤਾਂ ਇੱਕ ਦਿਨ ਸ਼ਹੀਦਾਂ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਸੁਰਜੀਤ ਸਿੰਘ ਸਭਰਾ, ਉਹਨਾਂ ਨਾਲ ਮੇਰਾ ਇੱਕ ਦਿਨ ਮੇਰੀ ਮੁਲਾਕਾਤ ਹੋਈ। ਉਹਨਾਂ ਨੇ ਇਹ ਸਾਰੀ ਚੀਜ਼ ਨੂੰ ਦੇਖਿਆ ਔਰ ਦੇਖਣ ਤੋਂ ਬਾਅਦ ਬਹੁਤ ਹੀ ਸ਼ਲਾਘਾਯੋਗ ਔਰ ਮੈਨੂੰ ਇਹ ਵੀ ਨਾਲ ਕਿਹਾ ਕਿ ਇਹ ਜੋ ਤੂੰ ਉਪਰਾਲਾ ਕੀਤਾ ਹੋਇਆ ਇਸ ਦੇ ਲਈ ਇੱਕ ਚੀਜ਼ ਨੂੰ ਹੋਰ ਕਰਨ ਦੀ ਲੋੜ ਹੈ ਕਿ ਜੋ ਚੀਜ਼ ਆ ਤੂੰ ਬਣਾ ਰਿਹਾ ਇਸ ਨੂੰ ਘੱਟੋ ਘੱਟ ਸਿੱਖ ਸੰਗਤ ਦੇ ਘਰ ਤੱਕ ਪਹੁੰਚਾ, ਤਾਂ ਜੋ ਕਿ ਤੂੰ ਤਾਂ ਗੁਰੂ ਸਾਹਿਬ ਨਾਲ ਜੁੜਿਆ ਹੋਇਆ, ਜਿਹੜੇ ਅਜੇ ਗੁਰੂ ਸਾਹਿਬ ਵਾਲੇ ਨਹੀਂ ਬਣੇ ਉਹਨਾਂ ਨੂੰ ਅਸੀਂ ਇੱਕ ਦੇ ਨਾਲ ਜੋੜ ਸਕੀਏ। ਸੋ ਇਹ ਕਾਰਜ ਮੇਰਾ ਹੁਣ ਉੱਥੋਂ ਲੈ ਕੇ ਹੁਣ ਤੱਕ ਦਾ ਹੈ, ਇਹ ਸਾਰਾ ਸਫ਼ਰ ਮੇਰਾ ਇਸ ਤਰੀਕੇ ਨਾਲ ਚੱਲਦਾ। ਦੇਖੋ, ਜੇਕਰ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਇੰਨੀ ਕੁ ਦਿਲ ਨੂੰ ਛੂਹਣ ਵਾਲੀ ਹੈ ਕਿ ਜਦੋਂ ਅਸੀਂ ਕਿਸੇ ਵੀ ਸ਼ਬਦ ਨੂੰ, ਕਿਸੇ ਵੀ ਪੰਕਤੀ ਨੂੰ ਅਸੀਂ ਇਹਨਾਂ ਅੱਖਰਾਂ ਦੇ ਨਾਲ ਲਿਖਦੇ ਹਾਂ ਤਾਂ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੀ ਹੈ। ਔਰ ਵੱਡੀ ਗੱਲ, ਜਦੋਂ ਅਸੀਂ ਗੁਰਬਾਣੀ ਦੇ ਨਾਲ ਨਾਲ ਅੱਖਰਕਾਰੀ ਕੀਤੀ ਹੋਏਗੀ, ਜਿਹੜੇ ਉਹਦੇ ਵਿੱਚ ਲਿਖੇ ਹੋਏ ਸ਼ਬਦ ਨੇ ਉਹਨਾਂ ਨੂੰ ਇੱਕ ਇੰਨਾ ਕੁ ਵਧੀਆ ਤਰੀਕੇ ਨਾਲ ਪ੍ਰਜੈਂਟ ਕੀਤਾ ਹੋਏਗਾ ਕਿ ਕਿਸੇ ਦੇ ਮਨ ਨੂੰ ਮੋਹ ਲਏਗੀ ਔਰ ਫਿਰ ਆਪ ਮੁਹਾਰੇ ਹੀ ਉਹ ਚੀਜ਼ ਜਿਹੜੀ ਆ ਉਹ ਤੁਹਾਡੇ ਕਿਤੇ ਨਾ ਕਿਤੇ ਹਿਰਦੇ ਵਿੱਚ ਪੂਰੀ ਜਗ੍ਹਾ ਬਣਾ ਲੈਂਦੀ ਔਰ ਤੁਸੀਂ ਵੀ ਉਸ ਸ਼ਬਦ ਨੂੰ, ਉਸ ਗੁਰਬਾਣੀ ਦੀ ਤੁੱਕ ਨੂੰ ਲਗਾਤਾਰ ਯਾਦ ਕਰਦੇ ਹੋ। ਦੇਖੋ, ਜੇ ਅਸੀਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਵੱਲੋਂ ਜਿਸ ਤਰੀਕੇ ਨਾਲ ਪੁਰਾਤਨ ਬੀੜਾਂ ਜਾਂ ਸ਼ੁਰੂਆਤ ਦੇ ਵਿੱਚ ਗੁਰੂ ਸਾਹਿਬ ਵੱਲੋਂ ਇਹ ਜੋ ਗੁਰਬਾਣੀ ਲਿਖਾਈ ਗਈ ਤਾਂ ਉਹਦੀ ਅਗਰ ਅਸੀਂ ਗੱਲ ਕਰ ਲਈ ਤਾਂ ਸ਼ੁਰੂਆਤ ਹੱਥ ਲਿਖਤ ਨਾਲ ਸੀ। ਅਗਰ ਅਸੀਂ ਹੱਥ ਲਿਖਤ ਦੇ ਵਿੱਚ ਜੋ ਅਸੀਂ ਸਿਆਹੀ ਜਾਂ ਅਸੀਂ ਕਲਮਾਂ ਨੂੰ ਵਰਤਦੇ ਹਾਂ ਤਾਂ ਕਲਮਾਂ ਦੇ ਨਾਲ ਸਾਡੇ ਬਜ਼ੁਰਗ ਜਿਹੜੇ ਆ ਉਹ ਪਹਿਲਾਂ ਇਹਨਾਂ ਨਾਲ ਹੀ ਲਿਖਦੇ ਹੁੰਦੇ ਸੀ, ਕਿਉਂਕਿ ਅੱਖਰਕਾਰੀ ਦੇ ਵਿੱਚ ਜਾਂ ਜਿਹੜੀ ਅਸੀਂ ਲਿਖਾਵਟ ਨੂੰ ਸੁਧਾਰ ਕਰਨਾ ਤਾਂ ਅਕਸਰ ਇਹ ਉਦਾਹਰਣ ਦਿੱਤੀ ਜਾਂਦੀ ਸੀ ਕਿ ਤੁਸੀਂ ਅੱਖਰਕਾਰੀ ਕਰਨੀ ਹੈ ਜਾਂ ਲਿਖਾਵਟ ਸੋਹਣੀ ਕਰਨੀ ਹੈ ਤਾਂ ਫੱਟੀ ਦੇ ਨਾਲ, ਕਲਮ ਦੇ ਨਾਲ ਤੁਸੀਂ ਲਿਖਣਾ ਸ਼ੁਰੂ ਕਰੋ। ਤਾਂ ਉਹ ਚੀਜ਼ ਜਿਹੜੀ ਆ ਉਹ ਅੱਜ ਵੀ ਮੇਰਾ ਉਹ ਰੁਝਾਨ ਹੈ ਕਿ ਅਗਰ ਅੱਖਰਕਾਰੀ ਨੂੰ ਕਿਸੇ ਤੱਕ ਪਹੁੰਚਾ ਰਹੇ ਹਾਂ ਤਾਂ ਘੱਟੋ ਘੱਟ ਜਿਹੜੀਆਂ ਪੁਰਾਤਨ ਕਲਮਾਂ ਨੇ ਉਹਨਾਂ ਦਾ ਰਿਵਾਜ਼ ਜਾਂ ਉਹਨਾਂ ਨੂੰ ਜ਼ਰੂਰ ਇਸ ਦਾ ਇੱਕ ਅੰਗ ਬਣਾਇਆ ਜਾਵੇ।
ਦੇਖੋ ਜੀ, ਜਦੋਂ ਅਸੀਂ ਜਿਹੜੀ ਚੀਜ਼ ਨੂੰ ਮਨ 'ਚ ਵਸਾ ਲਿਆ ਕਿ ਜਾਂ ਧਾਰ ਲਿਆ ਕਿ ਇਹ ਚੀਜ਼ ਅਸੀਂ ਕਰਨੀ ਆ, ਸੋ ਉਹਦੇ ਲਈ ਤੁਸੀਂ ਰਾਹ ਬਗਾਏ ਕੋਈ ਨਾ ਕੋਈ ਬਹਾਨਾ ਲਗਾ ਕੇ ਜਾਂ ਕਿਤੇ ਨਾ ਕਿਤੇ ਤੁਸੀਂ ਸਮਾਂ ਜਿਹੜਾ ਆ ਸਵੇਰੇ ਜਾਂ ਸ਼ਾਮੀ ਕਿਤੇ ਨਾ ਕਿਤੇ ਕੱਢ ਹੀ ਲੈਂਦੇ ਹੋ, ਕਿਉਂਕਿ ਉਹ ਚੀਜ਼ ਤੁਹਾਡੇ ਇੱਕ ਰੂਹ ਦੀ ਖੁਰਾਕ ਬਣ ਜਾਂਦੀ ਹੈ, ਕਿਉਂਕਿ ਸਾਡੇ ਕੋਲ ਦੋ ਚੀਜ਼ਾਂ ਨੇ, ਇੱਕ ਤਾਂ ਹੈਗਾ ਕਿ ਅਸੀਂ ਇੱਕ ਕੋਈ ਚੀਜ਼ ਜਿਹੜੀ ਆ ਪ੍ਰੋਫੈਸ਼ਨਲੀ ਕਰ ਰਹੇ ਹਾਂ, ਔਰ ਇੱਕ ਚੀਜ਼ ਤੁਹਾਡੀ ਪੈਸ਼ਨ ਬਣ ਜਾਂਦੀ ਹੈ, ਸੋ ਪੈਸ਼ਨ ਵਾਸਤੇ ਜਿਹੜਾ ਤੁਸੀਂ ਕੰਮ ਕਰਨਾ ਹੁੰਦਾ ਫਿਰ ਤੁਹਾਡੇ ਉਹ ਰੂਹ ਨੂੰ ਸਕੂਨ ਦਿੰਦਾ, ਤੁਹਾਡੇ ਮਨ ਨੂੰ ਖੁਸ਼ੀ ਦਿੰਦਾ, ਫਿਰ ਚਾਹੇ ਤੁਹਾਡੇ ਕੋਲ ਸਮਾਂ ਜਿੰਨਾ ਮਰਜ਼ੀ ਰੁਝੇਵਾਂ ਤੁਹਾਡੇ ਕੋਲ ਹੋਵੇ ਤੁਸੀਂ ਉਹਦੇ ਵਿੱਚੋਂ ਸਮਾਂ ਕੱਢ ਹੀ ਲੈਂਦੇ ਹੋ, ਕਿਉਂਕਿ ਵੱਡੀ ਗੱਲ ਹੈ ਕਿ ਜੇਕਰ ਮੈਂ ਕਹਾਂ ਕਿ ਇਹ ਚੀਜ਼ ਜਿਹੜੀ ਆ ਇਹ ਸੰਗਤਾਂ ਤੱਕ ਪਹੁੰਚਾਉਣੀ ਹੁੰਦੀ ਹੈ ਜੇ ਸਿੱਖ ਨਾਲ ਮਰਜ਼ੀ ਹੈ, ਕੋਈ ਕੋਈ ਮੇਰੇ ਕੋਲ ਜੇਕਰ ਕੋਈ ਸਵੇਰੇ ਕੋਈ ਘਰ ਕੋਈ ਆ ਜਾਂਦਾ ਤਾਂ ਮੈਨੂੰ ਹੁੰਦਾ ਕਿ ਮੈਂ ਕੋਈ ਚੀਜ਼ ਬਣਾ ਕੇ ਰੱਖੀ ਹੋਏਗੀ ਤਾਂ ਉਹਨਾਂ ਨੂੰ ਇਹ ਉਸੇ ਵੇਲੇ ਹੀ ਸੌਂਪੀ ਜਾ ਸਕਦੀ ਹੈ, ਇੱਕ ਤੋਹਫੇ ਵਜੋਂ ਦਿੱਤੀ ਜਾ ਸਕਦੀ ਹੈ, ਸੋ ਸਮਾਂ ਵਿੱਚੋਂ ਜਿਹੜਾ ਆ ਉਹ ਮੈਨੇਜ ਕਰ ਲਈ ਅਤੇ ਲਿਖਣਾ ਸ਼ੁਰੂ ਕਰਦੇ ਹੋ ਤੁਹਾਡੇ ਹੱਥਾਂ ਦੇ ਵਿੱਚੋਂ ਉਹ ਅੱਖਰਕਾਰੀ ਨਿਕਲਦੀ ਹੈ ਫਿਰ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲਦਾ, ਕਿਉਂਕਿ ਇਹਦੇ ਉੱਤੇ ਤੁਹਾਡਾ ਕੋਈ ਐਸਾ ਕਹਿ ਸਕਦੇ ਕੋਈ ਭਾਰ ਨਹੀਂ ਹੈ ਮਨ ਦੇ ਉੱਤੇ, ਕੋਈ ਐਸੀ ਚੀਜ਼ ਪਿੱਛੇ ਲੱਗੀ ਨਹੀਂ ਹੋਈ ਕਿ ਜਿਹੜੀ ਤੁਹਾਨੂੰ ਕਹੇ ਕਿ ਇਹਨੂੰ ਇਸੇ ਤਰੀਕੇ ਨਾਲ ਲਿਖ ਕੇ ਦੇ ਜਾਂ ਇਹਨੂੰ ਇੱਦਾਂ ਲਿਖ ਜਾਂ ਇੱਦਾਂ ਲਿਖ, ਕਿਉਂਕਿ ਉਹ ਤੁਹਾਡੇ ਮਨ ਦੇ ਵਿੱਚੋਂ ਤੁਹਾਡੇ ਹੱਥਾਂ ਦੇ ਵਿੱਚੋਂ ਉਹ ਬਾਖੂਬੀ ਜਿਹੜੇ ਉਹ ਅੱਖਰ ਜਿਹੜੇ ਨੇ ਉਹ ਨਿਕਲ ਕੇ ਆ ਰਹੇ ਹੁੰਦੇ ਨੇ, ਔਰ ਇੱਕ ਦਿਲ ਨੂੰ ਇੱਕ ਮਨ ਨੂੰ ਬਹੁਤ ਸਕੂਨ ਮਿਲਦਾ ਔਰ ਖੁਸ਼ਹਾਲੀ ਮਿਲਦੀ ਆ, ਔਰ ਵੱਡੀ ਗੱਲ ਜਦੋਂ ਨਾਲ ਗੁਰਬਾਣੀ ਲਿਖ ਰਹੇ ਹੋਈਏ ਅਤੇ ਹੱਥ ਲਿਖਤ ਦੇ ਨਾਲ ਲਿਖ ਰਹੀ ਹੋਏ ਫਿਰ ਉਹ ਸਾਰੀ ਚੀਜ਼ ਜਿਹੜੀ ਆ ਸੋਨੇ ਤੋਂ ਸੁਹਾਗਾ ਬਣ ਜਾਂਦੀ। ਗੁਰਬਾਣੀ ਦੇ ਨਾਲ ਕੀ ਹੁੰਦਾ ਕਿ ਕਿਸੇ ਵੇਲੇ ਕੁਛ ਐਸੀਆਂ ਸੰਗਤਾਂ ਵੀ ਹੁੰਦੀਆਂ ਨੇ ਗੁਰੂ ਕੇ ਪਿਆਰੇ ਕਿ ਜਿਹੜੇ ਕਹਿੰਦੇ ਨੇ ਕਿ ਸਾਨੂੰ ਇਹਨਾਂ ਪੰਕਤੀਆਂ ਦੇ ਨਾਲ ਤੁਸੀਂ ਇੰਗਲਿਸ਼ ਵਿੱਚ ਵੀ ਨਾਲ ਜਿਹੜੇ ਮੀਨਿੰਗ ਨੇ ਉਹ ਜ਼ਰੂਰ ਲਿਖ ਕੇ ਦਿਓ, ਸੋ ਉਸ ਸਮੇਂ ਫਿਰ ਉਹ ਇੰਗਲਿਸ਼ ਦੇ ਵਿੱਚ ਵੀ ਉਹਨਾਂ ਦੇ ਨਾਲ ਨਾਲ ਜੋ ਮਤਲਬ ਜੋ ਮੀਨਿੰਗ ਹੁੰਦੇ ਨੇ ਉਹ ਲਿਖ ਕੇ ਦਿੱਤੇ ਜਾਂਦੇ ਨੇ, ਕਿਉਂਕਿ ਇੱਕ ਯੂਨੀਵਰਸਲ ਲੈਂਗੁਏਜ ਹੈ, ਹਰ ਇੱਕ ਦੇ ਸਮਝਣ ਯੋਗ ਇੱਕ ਲੈਂਗੁਏਜ ਹੁੰਦੀ ਆ, ਔਰ ਉਹ ਸਿੰਪਲ ਅਤੇ ਸਪਸ਼ਟ ਵਿੱਚ ਅਸੀਂ ਉਸ ਨੂੰ ਨਾਲ ਨਾਲ ਇੰਗਲਿਸ਼ ਵਿੱਚ ਵੀ ਲਿਖ ਕੇ ਦਿੰਦੇ ਹਾਂ ਕਿ ਸੰਗਤ ਉਹਨੂੰ ਆਪਣੇ ਹਿਰਦੇ ਵਿੱਚ ਵੀ ਵਸਾ